सर मैं 9 ईयर्स की थी और एक बार पापा ने मेरे को कहा कि तलवारबाजी खेलेगी, तब मैं डर गया कि मैंने पापा को कहा नहीं मैंने नहीं खेली। तो फिर पापा मेरे को एक दिन लेके गए कोच के पास, तो वहाँ पे जैसे जैसे एक दो दिन मैंने गेम की प्रैक्टिस की, मेरे को इसमें इंटरेस्ट आने लग पड़ा और धीरे धीरे ये गेम मेरी फेवरेट। सर 8 ईयर्स हो गए हैं इस गेम में मेरे को, और मैं उड़ीसा और शिरडी और स्टेट में भी कई जगह घूम चुकी हूँ, मतलब स्टेट को आगे रिप्रेजेंट कर चुकी हूँ इस गेम में। फेंसिंग में मेरे को उड़ीसा में ब्रॉन्ज मेडल मिला था, और स्टेट में मेरे को कई बार गोल्ड और सिल्वर मेडल मिला। ਇਸ ਗੇਮ ਦੇ ਵਿੱਚ ਤੁਸੀਂ ਅੱਗੇ ਕਿੱਥੇ ਜਾਣਾ ਚਾਹੁੰਦੇ ਹੈਗੇ ਹੋ, ਅੱਗੇ ਕੀ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ? ਸਰ 올림픽 ਮੈਡਲ ਲਈ ਮੇਰਾ ਏਮ ਹੈ ਇਸ ਵਿੱਚ, ਐਂਡ ਆਈ ਵਾਂਟ ਟੂ, ਮੈਂ ਇੰਡੀਆ ਕੋ ਰਿਪ੍ਰੈਜ਼ੈਂਟ ਕਰਨਾ ਚਾਹਤੀ ਹੂੰ ਅੱਗੇ। ਮੈਂ 5 ਗੇਮਸ ਖੇਲਤੀ ਹੂੰ, ਫੈਂਸਿੰਗ, ਕਿੱਕ ਬਾਕਸਿੰਗ, ਸਕੇ ਮਾਰਸ਼ਲ ਆਰਟਸ, ਟਾਈਕੋਂਡੋ ਐਂਡ ਕ੍ਰਿਕਟ। ਕਿੱਕ ਬਾਕਸਿੰਗ ਮੈਂ ਇੰਟਰਨੈਸ਼ਨਲ ਪਲੇਅਰ ਹੂੰ ਔਰ ਇਟਲੀ ਤੱਕ ਜਾ ਕੇ ਖੇਲ ਕੇ ਆਈ ਹੂੰ, ਔਰ ਫੈਂਸਿੰਗ ਮੈਂ ਨੈਸ਼ਨਲ ਲੈਵਲ ਤੱਕ ਖੇਲ ਕੇ ਆਈ ਹੂੰ ਉੜੀਸਾ ਮੈਂ ਔਰ ਸ਼ਿਰਡੀ ਮੈਂ, ਔਰ ਸਕੇ ਮਾਰਸ਼ਲ ਆਰਟਸ ਵੀ ਮੈਂ ਗੋਆ ਜੰਮੂ ਜਗ੍ਹਾ ਪਰ ਜਾ ਚੁੱਕੀ ਹੂੰ, ਟਾਈਕੋਂਡੋ ਮੈਂ ਦਿੱਲੀ ਇੰਟਰਨੈਸ਼ਨਲ ਖੇਲ ਕੇ ਆਈ ਥੀ, ਔਰ ਕ੍ਰਿਕਟ ਕੇ ਅਭੀ ਮੈਨੇ ਸਟਾਰਟਿੰਗ ਕੀ ਹੈ, ਅਭੀ ਸਟੇਟ ਲੈਵਲ ਤੱਕ ਮੈਂ ਸਿਲੈਕਟ ਹੋਈ ਐਂਡ ਆਈ ਐਮ ਏ ਆਲ ਰਾਊਂਡਰ। ਇਹ ਸੋਚਦੇ ਹੈ ਕਿ ਧੀਆਂ ਨਾਲੋਂ ਪੁੱਤਰਾਂ ਨੂੰ ਜ਼ਿਆਦਾ ਅਸੀਂ ਸਪੋਰਟ ਕਰੀਏ ਕਿਉਂਕਿ ਉਹ ਹਮੇਸ਼ਾ ਸਾਡੇ ਕੋਲ ਰਹਿੰਦੇ ਆ, ਪਰ ਉਹ ਟਾਈਮ ਗਿਆ ਜਦੋਂ ਇਹ ਕਿਹਾ ਜਾਂਦਾ ਸੀ ਕਿ ਪੁੱਤਰ ਸਾਡੇ ਕੋਲ ਅਤੇ ਧੀ ਪਾਸੇ ਹੈ, ਧੀ ਕਿਤੇ ਵੀ ਰਹੇ ਉਹ ਪਹਿਲਾਂ ਮਾਂ ਪਿਓ ਦੀ ਸੁੱਖ ਮੰਗਦੀ ਹੈ। ਇਸ ਕਰਕੇ ਮੈਂ ਅਪੀਲ ਕਰਨਾ ਚਾਹੁੰਦਾ ਉਹਨਾਂ ਪੇਰੈਂਟਸ ਨੂੰ ਕਿ ਤੁਸੀਂ ਇੱਕ ਵਾਰੀ ਆਪਣੀ ਧੀ ਨੂੰ ਗੇਮ ਦੇ ਵਿੱਚ, ਪੜ੍ਹਾਈ ਦੇ ਵਿੱਚ ਕਿਸੇ ਪਾਸੇ ਉਹਨੂੰ ਅੱਗੇ ਲਗਾ ਕੇ ਦੇਖੋ, ਜੇ ਉਹ ਪੁੱਤਰਾਂ ਨਾਲੋਂ 10 ਕਦਮ ਅੱਗੇ ਨਾ ਤੁਰ ਕੇ ਵਿਖਾਏ ਤਾਂ ਤੁਸੀਂ ਜੋ ਮਰਜ਼ੀ ਤੁਸੀਂ ਮੈਨੂੰ ਕਹਿ ਲੈਣਾ। ਅੱਜ ਇੱਕ ਬੇਟੀ ਨੂੰ ਮਿਲਾਉਂਦੇ ਹੈਗੇ ਹਾਂ, ਫਿਰੋਜ਼ਪੁਰ ਦੀ ਬੇਟੀ ਹੈ ਜਿਹੜੀ ਫੈਂਸਿੰਗ ਦੇ ਵਿੱਚ, ਤਲਵਾਰਬਾਜ਼ੀ ਦੇ ਵਿੱਚ ਨੈਸ਼ਨਲ ਮੈਡਲਿਸਟ ਹੈਗੀ ਹੈ। 8 ਸਾਲ ਹੋ ਗਏ ਉਹਨੂੰ ਇਸ ਗੇਮ ਦੇ ਵਿੱਚ, ਤਾਂ ਹੋਰ ਕਈ ਖੇਡਾਂ ਉਹ ਖੇਡਦੀ ਹੈਗੀ ਹੈ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਉਸਦੇ ਪਿਤਾ ਨੇ ਉਹਨੂੰ ਸਿਖਾਇਆ ਹੈਗਾ, ਬੱਚਿਆਂ ਨੂੰ ਖੇਡ ਗਰਾਊਂਡਾਂ ਦੇ ਨਾਲ ਜੋੜ ਰਹੇ ਹੈਗੇ ਆ ਮਾਪੇ, ਵਧੀਆ ਗੱਲ ਹੈਗੀ ਹੈ। ਔਰ ਅੱਜ ਤਸਵੀਰ ਦਿਖਾਉਂਦੇ ਹੈਗੇ ਹਾਂ ਤੁਹਾਨੂੰ ਫਿਰੋਜ਼ਪੁਰ ਦੀ ਬੇਟੀ ਜਿਹਨੇ ਮੁਕਾਮ ਹਾਸਲ ਕੀਤਾ ਹੈਗਾ, ਨੈਸ਼ਨਲ ਮੈਡਲਿਸਟ ਹੈ, ਔਰ ਅਸੀਂ ਉਮੀਦ ਕਰਦੇ ਹੈਗੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀਆਂ ਮੱਲਾਂ ਜਿਹੜੀਆਂ ਨੇ ਇਹ ਬੇਟੀ ਮਾਰੇ। ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹੈਗੇ ਹਾਂ, ਪਿਤਾ ਵੀ ਨਾਲ ਮੌਜੂਦ ਹੈ ਔਰ ਕੋਚ ਵੀ ਨੇ, ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ, ਗੱਲਬਾਤ ਕਰਾਂਗੇ। ਬੇਟਾ ਕੀ ਨਾਮ ਹੈ ਤੁਹਾਡਾ? ਸਰ ਮਾਈ ਨੇਮ ਇਜ਼ ਰੁਬਾਬ ਸ਼ਰਮਾ। ਰੁਬਾਬ ਸ਼ਰਮਾ, ਤਾਂ ਤੁਸੀਂ ਕਦੋਂ ਇਸ ਗੇਮ ਦੇ ਵਿੱਚ ਆਏ, ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਮੈਂ ਇਹ ਗੇਮ ਜਿਹੜੀ ਆ ਖੇਡਦੀ ਹਾਂ? ਸਰ ਮੈਂ 9 ਈਅਰਸ ਕੀ ਥੀ ਔਰ ਇੱਕ ਵਾਰ ਪਾਪਾ ਨੇ ਮੇਰੇ ਕੋ ਕਿਹਾ ਕਿ ਤਲਵਾਰਬਾਜ਼ੀ ਖੇਲੇਗੀ, ਤਬ ਮੈਂ ਡਰ ਗਿਆ ਕਿ ਮੈਨੇ ਪਾਪਾ ਕੋ ਕਿਹਾ ਨਹੀਂ ਮੈਨੇ ਨਹੀਂ ਖੇਲੀ। ਤੋ ਫਿਰ ਪਾਪਾ ਮੇਰੇ ਕੋ ਇੱਕ ਦਿਨ ਲੈ ਕੇ ਗਏ ਕੋਚ ਕੇ ਪਾਸ, ਤੋ ਵਹਾਂ ਪੇ ਜੈਸੇ ਜੈਸੇ ਇੱਕ ਦੋ ਦਿਨ ਮੈਨੇ ਗੇਮ ਕੀ ਪ੍ਰੈਕਟਿਸ ਕੀ, ਮੇਰੇ ਕੋ ਇਸਮੇਂ ਇੰਟਰਸਟ ਆਨੇ ਲੱਗ ਪੜਾ ਔਰ ਧੀਰੇ ਧੀਰੇ ਇਹ ਗੇਮ ਮੇਰੀ ਫੇਵਰੇਟ ਹੋ ਗਈ। ਕਦੋਂ ਤੋਂ ਤੁਸੀਂ ਇਸ ਗੇਮ ਦੇ ਵਿੱਚ ਹੈਗੇ ਹੋ,
ਔਰ ਕਿੱਥੇ ਕਿੱਥੇ ਤੁਸੀਂ ਹੁਣ ਤੱਕ ਖੇਡ ਚੁੱਕੇ ਹੋ? ਸਰ 8 ਈਅਰਸ ਹੋ ਗਏ ਇਸ ਗੇਮ ਮੇ ਮੇਰੇ ਕੋ, ਔਰ ਮੈਂ ਉੜੀਸਾ, ਸ਼ਿਰਡੀ ਔਰ ਸਟੇਟ ਮੇ ਵੀ ਕਈ ਜਗ੍ਹਾ ਘੁੰਮ ਚੁੱਕੀ ਹੂੰ, ਮਤਲਬ ਸਟੇਟ ਕੋ ਆਗੇ ਰਿਪ੍ਰੈਜੈਂਟ ਕਰ ਚੁੱਕੀ ਇਸ ਗੇਮ ਮੇ। ਤਾਂ ਕਿੱਥੇ ਮੈਡਲ ਤੁਹਾਨੂੰ ਜਿਹੜਾ ਮਿਲਿਆ ਸੀ ਨੈਸ਼ਨਲ ਮੈਡਲ? ਫੈਂਸਿੰਗ ਮੇ ਮੇਰੇ ਕੋ ਉੜੀਸਾ ਮੇ ਬ੍ਰੋਂਜ਼ ਮੈਡਲ ਮਿਲਾ ਥਾ, ਔਰ ਸਟੇਟ ਮੇ ਮੇਰੇ ਕੋ ਕਈ ਵਾਰ ਗੋਲਡ ਔਰ ਸਿਲਵਰ ਮੈਡਲ ਮਿਲਾ। ਤਾਂ ਬਿਲਕੁਲ, ਇਸ ਗੇਮ ਦੇ ਵਿੱਚ ਤੁਸੀਂ ਅੱਗੇ ਕਿੱਥੇ ਜਾਣਾ ਚਾਹੁੰਦੇ ਹੈਗੇ ਹੋ, ਅੱਗੇ ਕੀ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ? ਸਰ ਓਲੰਪਿਕ ਮੈਡਲ ਲਈ ਮੇਰਾ ਏਮ ਹੈ ਇਸਮੇ, ਐਂਡ ਆਈ ਵਾਂਟ ਟੂ, ਮੈਂ ਇੰਡੀਆ ਕੋ ਰਿਪ੍ਰੈਜੈਂਟ ਕਰਨਾ ਚਾਹਤੀ ਹੂੰ ਆਗੇ। ਕਿੰਨਾ ਟਾਈਮ ਲੱਗਦਾ ਹੈਗਾ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਗੇਮ, ਤਲਵਾਰਬਾਜ਼ੀ ਬੜਾ ਹੁੰਦੀ ਹੈ, ਮਹਿੰਗੀ ਗੇਮ ਵੀ ਕਾਫੀ ਹੋ ਗਈ ਹੈ। ਸਰ ਇਸਕੀ ਇੱਕ ਸਵਾਰਡ ਹੀ ਮਤਲਬ 10,000 ਕੇ ਬਰਾਬਰ ਹੈ, ਔਰ ਦਿਸ ਇਜ਼ ਬਿਕੋਜ਼ ਓਨਲੀ ਮਾਈ ਫਾਦਰ ਦੈਟ ਮੈਂ ਇਸ ਗੇਮ ਮੇਂ ਇਤਨਾ ਆਗੇ ਤੱਕ ਜਾ ਪਾਈ ਹੂੰ, ਬਿਕੋਜ਼ ਅਗਰ ਵੋ ਨਾ ਹੋਤੇ ਤੋ ਸ਼ਾਇਦ ਮੈਂ ਡਿਸਟ੍ਰਿਕਟ ਵੀ ਆਗੇ ਨਾ ਕਲੀਅਰ ਕਰ ਪਾਤੀ। ਉਹਨੇ ਹਰ ਵਾਰ ਮੇਰੇ ਕੋ ਸਪੋਰਟ ਕੀਆ, ਜਹਾਂ ਮੈਂ ਗਲਤ ਉਹਨਾਂ ਨੇ ਵਹਾਂ ਵੀ ਮੁਝੇ ਡਾਂਟਾ ਹੈ, ਔਰ ਜਹਾਂ ਮੈਂ ਸਹੀ ਉਹਨਾਂ ਨੇ ਵਹਾਂ ਵੀ ਮੁਝੇ ਇਹ ਕਹਾ ਹੈ ਕਿ ਇਹ ਯਹਾਂ ਨਹੀਂ ਰੁਕਣਾ, ਆਪਣੇ ਆਗੇ ਵੀ ਜਾਣਾ ਹੈ, ਇਸ ਲਈ ਕਭੀ ਵੀ ਓਵਰ ਕੋਨਫੀਡੈਂਸ ਨਹੀਂ ਲਾਣਾ। ਕਿੰਨੇ ਸਾਲ ਦੀ ਉਮਰ ਦੇ ਵਿੱਚ ਤੁਸੀਂ ਸ਼ੁਰੂ ਕਰ ਦਿੱਤੀ, ਅੱਜ ਕਿੰਨੀ ਉਮਰ ਹੈ? ਸਰ ਮੈਂ 9 ਈਅਰਸ ਕੀ ਥੀ ਜਬ ਮੈਨੇ ਗੇਮ ਸਟਾਰਟ ਕੀ ਥੀ 5th ਕਲਾਸ ਮੇ, ਔਰ ਅਬ ਮੈਂ 12th ਕਲਾਸ ਮੇ ਹੂੰ, ਔਰ 16 ਈਅਰਸ ਕੀ ਹੋ ਗਈ ਹੂੰ, ਤੋ ਟੋਟਲੀ 8 ਈਅਰਸ ਹੋ ਚੁੱਕੇ ਮੇਰੇ ਕੋ ਇਸ ਗੇਮ ਮੇ। ਤਾਂ ਤੁਸੀਂ ਜਿੱਦਾਂ ਦੱਸ ਰਹੇ ਹੈਗੇ ਸੀ, ਹੋਰ ਕਿਹੜੀ ਖੇਡਾਂ ਤੁਸੀਂ ਖੇਡਦੇ ਹੈਗੇ ਹੋ, ਕਿੱਥੇ ਕਿੱਥੇ ਤੁਸੀਂ ਖੇਡ ਚੁੱਕੇ ਹੈਗੇ ਹੋ? ਸਰ ਮੈਂ 5 ਗੇਮਸ ਖੇਲਤੀ ਹੂੰ, ਫੈਂਸਿੰਗ, ਕਿੱਕ ਬਾਕਸਿੰਗ, ਸਕੇ ਮਾਰਸ਼ਲ ਆਰਟਸ, ਟਾਈਕੋਂਡੋ ਐਂਡ ਕ੍ਰਿਕਟ। ਕਿੱਕ ਬਾਕਸਿੰਗ ਮੈਂ ਇੰਟਰਨੈਸ਼ਨਲ ਪਲੇਅਰ ਹੂੰ ਔਰ ਇਟਲੀ ਤੱਕ ਜਾ ਕੇ ਖੇਲ ਕੇ ਆਈ ਹੂੰ, ਔਰ ਫੈਂਸਿੰਗ ਮੈਂ ਨੈਸ਼ਨਲ ਲੈਵਲ ਤੱਕ ਖੇਲ ਕੇ ਆਈ ਹੂੰ ਉੜੀਸਾ ਮੇ ਔਰ ਸ਼ਿਰਡੀ ਮੇ, ਔਰ ਸਕੇ ਮਾਰਸ਼ਲ ਆਰਟਸ ਵੀ ਮੈਂ ਗੋਆ, ਜੰਮੂ ਜਗ੍ਹਾ ਪਰ ਜਾ ਚੁੱਕੀ ਹੂੰ। ਟਾਈਕੋਂਡੋ ਮੈਂ ਦਿੱਲੀ ਇੰਟਰਨੈਸ਼ਨਲ ਖੇਲ ਕੇ ਆਈ ਥੀ, ਔਰ ਕ੍ਰਿਕਟ ਕੇ ਵੀ ਮੈਨੇ ਸਟਾਰਟਿੰਗ ਕੀ ਹੈ, ਅਭੀ ਸਟੇਟ ਲੈਵਲ ਤੱਕ ਮੈਂ ਸਿਲੈਕਟ ਹੋਈ ਐਂਡ ਆਈ ਐਮ ਆਲ ਰਾਊਂਡਰ। ਆਲ ਰਾਊਂਡਰ ਪਲੇਅਰ ਹੈ ਇਹ ਧੀ, ਆਲ ਰਾਊਂਡਰ ਹੈ, ਔਰ ਖੁਸ਼ੀ ਹੁੰਦੀ ਹੈ ਸਾਨੂੰ, ਅਸੀਂ ਵੀ ਮਿਲ ਰਹੇ ਹੈਗੇ ਤਾਂ ਸਾਨੂੰ ਖੁਸ਼ੀ ਹੈ ਕਿ ਇਸ ਧੀ ਨੇ ਇਹ ਮੁਕਾਮ ਹਾਸਲ ਕੀਤਾ, ਔਰ ਪਿਤਾ ਦੀ ਸਭ ਤੋਂ ਵੱਡੀ ਦੇਣ ਹੈ ਕਿ ਪਿਤਾ ਨੇ ਧੀ ਨੂੰ ਅੱਜ ਇੱਥੋਂ ਤੱਕ ਪਹੁੰਚਾਇਆ ਹੈਗਾ, ਕਿਹੜੀ ਮਿਹਨਤ ਲੱਗਦੀ ਹੈਗੀ ਹੈ। ਤਾਂ ਗੱਲਬਾਤ ਵੀ ਕਰਾਂਗੇ, ਸਾਡੇ ਨਾਲ ਮੌਜੂਦ ਹੈਗੇ ਨੇ ਦਵਿੰਦਰ ਜੀ, ਬੜੀ ਮਿਹਨਤ ਲੱਗਦੀ ਹੈ ਬੱਚੇ ਨੂੰ ਤੁਸੀਂ ਅੱਜ ਉਸ ਮੁਕਾਮ 'ਤੇ ਪਹੁੰਚਾਇਆ ਜਿੱਥੇ ਸਾਨੂੰ ਵੀ ਖੁਸ਼ੀ ਹੈ, ਪੂਰੇ ਦੇਸ਼ ਨੂੰ ਇਸ ਚੀਜ਼ ਦੀ ਖੁਸ਼ੀ ਹੈ। ਜੀ ਬਿਲਕੁਲ, ਮੇਰੇ ਲਈ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ, ਕਿਉਂਕਿ ਇੱਕ ਬੱਚਾ ਜਦੋਂ ਅਸੀਂ ਜੋ ਚਾਹੁੰਦੇ ਹਾਂ ਜੇ ਉਹ ਬੱਚਾ ਉਹ ਕਰਦਾ ਤਾਂ ਸਾਡੀ ਵੀ ਅੱਗੋਂ ਹੌਂਸਲਾ ਵੱਧਦਾ, ਸਾਨੂੰ ਵੀ ਹੁੰਦਾ ਕਿ ਅਸੀਂ ਬੱਚੇ 'ਤੇ ਹੋਰ ਮਿਹਨਤ ਕਰੀਏ, ਔਰ ਜੇ ਬੱਚਾ ਸਾਨੂੰ ਅੱਗੋਂ ਡਬਲ ਹੋ ਕੇ ਮਿਹਨਤ ਕਰਕੇ ਦਿਖਾਏ ਤਾਂ ਫਿਰ ਸਾਡਾ ਹੌਂਸਲਾ ਅੱਗੇ ਵੱਧਦਾ ਰਹਿੰਦਾ। ਇਸੇ ਬੱਚੇ ਦੀ ਵਜ੍ਹਾ ਨਾਲ ਹੀ ਮੈਂ ਗੇਮਸ ਨਾਲ ਦੁਬਾਰਾ ਜੁੜਿਆ। ਐਕਚੁਲੀ ਮੈਂ ਪਹਿਲਾਂ ਟਾਈਕਵਾਂਡੂ ਬਲੈਕ ਬੈਲਟ ਸੀ, ਔਰ ਉਸ ਤੋਂ ਬਾਅਦ ਜਦੋਂ ਬੱਚੇ ਨੂੰ ਮੈਂ ਆਪਣੇ ਨੂੰ ਸ਼ੁਰੂ ਕਰਵਾਈ ਫੈਂਸਿੰਗ, ਤਾਂ ਫੈਂਸਿੰਗ ਤੋਂ ਬਾਅਦ ਮੈਂ ਇਹਨੂੰ ਕਿਹਾ ਕਿ ਕਿਉਂ ਨਾ ਇਹਨੂੰ ਸਪੀਡ ਔਰ ਸਟੈਮਿਨਾ ਵਧਾਉਣ ਲਈ ਨਾਲ ਟਾਈਕਵਾਂਡੂ ਸ਼ੁਰੂ ਕਰਾਇਆ ਜਾਏ। ਔਰ ਜਦੋਂ ਮੈਂ ਇਹਨੂੰ ਟਾਈਕਵਾਂਡੂ ਸ਼ੁਰੂ ਕਰਾਇਆ ਤਾਂ ਉਹ ਟਾਈਕਵਾਂਡੂ ਦੇ ਵਿੱਚ ਵੀ ਉਸੇ ਸਪੀਡ 'ਚ ਅੱਗੇ ਵਧੀ, ਤਾਂ ਉਹਦੇ ਲਈ ਮੈਨੂੰ ਇਹ ਲੱਗਿਆ ਕਿ ਮੈਨੂੰ ਖੁਦ ਐਜ਼ ਏ ਪੇਰੈਂਟਸ ਇੱਕ ਰੋਲ ਮਾਡਲ ਬਣ ਕੇ ਸਾਹਮਣੇ ਆਉਣਾ ਚਾਹੀਦਾ। ਫਿਰ ਮੈਂ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਦਿੱਲੀ 'ਚ ਇੱਕ ਇੰਟਰਨੈਸ਼ਨਲ ਕੁਕੀ ਬੋਨ ਕੱਪ ਹੋਇਆ ਸੀ ਟਾਈਕਵਾਂਡੂ ਦਾ, ਅਸੀਂ ਤਿੰਨਾਂ ਨੇ ਉੱਥੇ ਪਾਰਟੀਸਪੇਟ ਕੀਤਾ ਸੀ, ਜਿਹਦੇ 'ਚ ਬੇਟੇ ਨੇ ਗੋਲਡ ਮੈਡਲ ਔਰ ਅਸੀਂ ਦੋਨਾਂ ਨੇ ਬ੍ਰੋਂਜ਼ ਮੈਡਲ ਜਿੱਤਿਆ ਸੀ। ਤਾਂ ਬੜੀ ਖੁਸ਼ੀ ਹੁੰਦੀ ਹੈ। ਫੈਂਸਿੰਗ ਜਦੋਂ ਤੁਸੀਂ ਕਰਵਾਉਣੀ ਸ਼ੁਰੂ ਕੀਤੀ ਸੀ ਉਦੋਂ ਤਾਂ ਬਹੁਤ ਛੋਟੀ ਉਮਰ ਹੈਗੀ ਸੀਗੀ, ਅਤੇ ਅੱਜ ਇੱਥੇ ਔਰ ਨੈਸ਼ਨਲ ਮੈਡਲਿਸਟ ਵੀ ਹੈ। ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇਹ ਜਿਹੜੀ ਸਟੇਟ ਨੂੰ ਰਿਪ੍ਰਜੈਂਟ ਕਰ ਰਹੀ ਹੈ ਔਰ ਉੜੀਸਾ ਦੇ ਵਿੱਚ ਮੈਡਲ ਕੱਢਿਆ,
ਪ੍ਰੋਬਲਮ ਸਾਨੂੰ ਆ ਰਹੀ ਹੈ ਕਿਉਂਕਿ ਕਾਫੀ ਗੇਮਸ ਦੇ ਵਿੱਚ ਹੋਣ ਕਰਕੇ ਸਾਰੀਆਂ ਗੇਮਸ ਨੂੰ ਅਲੱਗ ਅਲੱਗ ਟਾਈਮ ਦੇਣਾ ਮੁਸ਼ਕਿਲ ਹੋ ਰਿਹਾ, ਔਰ ਪਲੱਸ ਟੂ ਮੈਡੀਕਲ ਦੀ ਸਟੂਡੈਂਟ ਹੈ ਇਸ ਕਰਕੇ ਨਾਲ ਸਟੱਡੀ ਨੂੰ ਵੀ ਉਨਾ ਟਾਈਮ ਦੇਣਾ ਪੈਂਦਾ, ਤਾਂ ਪਲੱਸ ਟੂ 'ਚ ਆ ਕੇ ਸਾਨੂੰ ਇਸ ਵਾਰ ਉਮੀਦ ਸੀ ਕਿ ਇਹ ਅੱਗੇ ਹੋਰ ਖੇਡੇਗੀ। ਕਿੱਕ ਬੋਕਸਿੰਗ ਜਿਵੇਂ ਵਰਲਡ ਚੈਂਪੀਅਨਸ਼ਿਪ ਖੇਡੀ ਹੈ, ਹੋਪਫੁਲੀ ਇਸ ਸਾਲ ਇਹਦਾ ਨੈਸ਼ਨਲ 'ਚ ਸਿਲਵਰ ਸੀ, ਪਿਛਲੇ ਲਾਸਟ 2 ਸਾਲ ਲਗਾਤਾਰ ਨੈਸ਼ਨਲ 'ਚ ਗੋਲਡ ਰਿਹਾ, ਔਰ ਅਗਲੇ ਸਾਲ ਵੀ ਜੇ ਗੋਲਡ ਆਉਂਦਾ ਤਾਂ ਇੱਕ ਹੋਰ ਜਿਹੜੀ ਵਰਲਡ ਚੈਂਪੀਅਨਸ਼ਿਪ ਖੇਡਣ ਲਈ ਅਗਲੇ ਸਾਲ ਹੋਪਫੁਲੀ ਇੰਡੀਆ ਨੂੰ ਰੀਪ੍ਰਜੈਂਟ ਕਰੇਗਾ। ਫੈਂਸਿੰਗ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈਗਾ ਇਸ ਦੀ ਤਿਆਰੀ ਦੇ ਲਈ, ਔਰ ਬੱਚੇ ਨੂੰ ਕੀ ਕੁਛ ਕਰਨਾ ਚਾਹੀਦਾ ਹੈਗਾ? ਫੈਂਸਿੰਗ ਦੀ ਤਿਆਰੀ ਲਈ ਇੱਕ ਤਾਂ ਇਹਦੇ ਇਕਵਿਪਮੈਂਟਸ ਹੈ ਜੋ ਉਹਨਾਂ ਦੀ ਪ੍ਰੋਪਰ ਜਾਣਕਾਰੀ ਚਾਹੀਦੀ ਹੈ। ਟੈਕਨੀਕ ਹੈ, ਇਹ ਮੋਸਟਲੀ ਗੇਮ ਜ਼ੋਰ ਵਾਲੀ ਨਹੀਂ ਹੈ, ਟੈਕਨੀਕ ਵਾਲੀ ਗੇਮ ਹੈ, ਔਰ ਟੈਕਨੀਕ ਦੇ ਬੇਸ ਦੇ ਉੱਪਰ ਹੀ ਬੱਚਾ ਜਿਹੜਾ ਉਹ ਖੇਡ ਸਕਦਾ। ਬੱਚੇ ਨੂੰ ਟਾਈਮ ਲੱਗਦਾ, ਟਾਈਮ ਦੇਣਾ ਪੈਂਦਾ, ਫੁੱਟਸ ਦੀ ਹੈ, ਪੈਰਾਂ ਦੀ ਜਿੰਨੀ ਹੀ ਮੂਵਮੈਂਟ ਹੋਏਗੀ ਉਸ ਹਿਸਾਬ ਨਾਲ ਹੁੰਦਾ, ਔਰ ਇੱਕ ਬੱਚਾ ਸਾਡੇ ਕੋਲ ਛੋਟਾ ਜਿਹਾ ਜੋ ਜਿਸ ਨੂੰ ਅਸੀਂ 1 ਸਾਲ ਲਗਾਤਾਰ ਸਿਰਫ ਉਹਨੂੰ ਸਟੈਪਿੰਗ ਕਰਵਾਈ ਬਿਨਾਂ ਉਹਨੂੰ ਕੋਈ ਵੈਪਨ ਪਕੜਾਏ, ਔਰ 1 ਸਾਲ ਬਾਅਦ ਜਦੋਂ ਬੱਚੇ ਨੇ ਜਾ ਕੇ ਗੇਮ ਖੇਲੀ ਔਰ ਉਹ ਸਟੇਟ 'ਚੋਂ ਸਿਲਵਰ ਮੈਡਲ ਲੈ ਕੇ ਆਇਆ। ਇਸ ਲਈ ਬੱਚੇ ਨੂੰ ਕੰਸਨਟ੍ਰੇਸ਼ਨ ਬਹੁਤ ਚਾਹੀਦੀ ਹੈ, ਕਿਉਂਕਿ ਬੱਚਾ ਸੋਚਦਾ ਕਿ ਆ ਕੀ ਸਟੈਪਿੰਗ ਹੀ ਕਰਾਈ ਜਾ ਰਿਹਾ, ਮੈਨੂੰ ਕੁਛ ਖੜਾ ਨਹੀਂ ਰਹੇ, ਪਰ ਉਹਦੇ ਲਈ ਕੰਸਨਟ੍ਰੇਸ਼ਨ ਪ੍ਰੋਪਰ ਚਾਹੀਦੀ ਹੈ ਤਾਂ ਕਿ ਬੱਚਾ ਜਿਹੜਾ ਉਹ ਇਸ ਗੇਮ ਲਈ ਪੂਰੀ ਤਰ੍ਹਾਂ ਤਿਆਰ ਹੋਵੇ। ਅੱਜ ਦੇ ਟਾਈਮ ਦੇ ਵਿੱਚ ਬੇਟੀਆਂ ਕਾਫੀ ਅੱਗੇ ਵੱਧ ਰਹੀਆਂ, ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਹੈਗੀਆਂ, ਤਾਂ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖੁਸ਼ੀ ਹੈ ਕਿ ਤੁਹਾਡੀ ਬੇਟੀ ਨੇ ਤੁਹਾਡਾ ਨਾਂ ਰੋਸ਼ਨ ਕੀਤਾ? ਜੀ ਸਰ, ਬਿਲਕੁਲ ਇਸ ਗੱਲ ਦਾ ਮਾਣ ਹੈ ਕਿ ਮੇਰਾ ਹੀ ਨਹੀਂ ਫਿਰੋਜ਼ਪੁਰ ਦਾ ਵੀ ਨਾਮ ਰੋਸ਼ਨ ਕੀਤਾ, ਔਰ ਸਟੇਟ ਨੂੰ ਵੀ ਰੀਪ੍ਰਜੈਂਟ ਕਰਦੀ ਹੈ। ਬਹੁਤ ਵਾਰ ਜਦੋਂ ਅਸੀਂ ਸਟਾਰਟ ਕੀਤਾ ਸੀ ਤਾਂ ਸਭ ਨੇ ਇਹੀ ਕਿਹਾ ਸੀਗਾ ਕਿ ਬੇਟੀਆਂ ਜਿਹੜੀਆਂ, ਯਾਰ ਕਿੰਨਾ ਸਾਲ, 10 ਸਾਲ ਤੇਰੇ ਕੋਲ ਹੋਰ ਆ, 12 ਸਾਲ ਤੂੰ ਇਹਦੇ ਪੜ੍ਹਾਈ 'ਤੇ ਮਿਹਨਤ ਕਰ, ਇਹਨੂੰ ਕਿਉਂ ਤੂੰ ਇੱਧਰਲੇ ਪਾਸੇ ਲੱਗਾ ਹੋਇਆ? ਪਰ ਉਸ ਦਿਨ ਮੈਨੂੰ ਇਹ ਲੱਗਿਆ ਸੀ ਕਿ ਜੇ ਅੱਜ ਮੈਂ ਇਸ ਬੇਟੀ ਨੂੰ ਇਹ ਮਿਹਨਤ ਕਰਾਵਾਂਗਾ ਤਾਂ ਬੱਚੀਆਂ ਲਈ ਰਾਹ ਖੁੱਲ੍ਹ ਜਾਏਗਾ। ਫਿਰੋਜ਼ਪੁਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਬੱਚੀਆਂ ਇਹਨੂੰ ਦੇਖ ਕੇ ਗੇਮ ਖੇਡ ਰਹੀਆਂ, ਔਰ ਫੈਂਸਿੰਗ ਅੱਜ ਫਿਰੋਜ਼ਪੁਰ ਦੇ ਵਿੱਚ ਕਾਫੀ ਨਾਮ ਕਮਾ ਚੁੱਕੀ ਹੈ। ਇਸੇ ਸਾਲ ਸਾਡੇ 5 ਬੱਚੇ ਜਿਹੜੇ ਉਹ SGFI ਖੇਲਣ ਜਾ ਰਹੇ ਹੈ, ਤਾਂ ਇਹਨੂੰ ਦੇਖ ਕੇ ਹੀ ਉਹ ਬੱਚਿਆਂ ਦੇ ਵਿੱਚ ਜੋਸ਼ ਆਇਆ। ਅੱਗੇ ਕੀ ਸੁਪਨਾ ਹੈਗਾ? ਅੱਗੇ ਸੁਪਨਾ, ਕੋਸ਼ਿਸ਼ ਤਾਂ ਹੈ ਕਿ ਬੱਚਾ ਓਲੰਪਿਕ ਖੇਲੇ, ਔਰ ਉਹਦੇ ਲਈ ਮੇਰੀ ਸਰਕਾਰ ਨੂੰ ਵੀ ਅਪੀਲ ਹੈ, ਪ੍ਰਸ਼ਾਸਨ ਨੂੰ ਵੀ, ਕਿ ਵਧੀਆ ਤੋਂ ਵਧੀਆ ਸਾਨੂੰ ਇੱਥੇ ਕੋਚ ਚਾਹੀਦੇ ਹੈ, ਔਰ ਸਾਨੂੰ ਇੱਥੇ ਪੂਰਾ ਜੋ ਇਕਵਿਪਮੈਂਟ ਔਰ ਜੋ ਜਗ੍ਹਾ ਸਾਨੂੰ ਪ੍ਰੋਪਰ ਮਿਲ ਜਾਵੇ, ਤਾਂ ਅਸੀਂ ਉਮੀਦ ਹੈ ਕਿ ਅਸੀਂ ਬੱਚਿਆਂ ਨੂੰ ਜਿਹੜਾ ਓਲੰਪਿਕ ਤੱਕ ਖੇਡਣ ਲਿਜਾ ਸਕਦੇ ਹਾਂ। ਅੱਜ ਸਾਡੇ ਛੋਟੇ ਛੋਟੇ ਬੱਚੇ ਨੈਸ਼ਨਲ SGFI ਖੇਲ ਰਹੇ ਹੈ, ਨੈਸ਼ਨਲ ਚੈਂਪੀਅਨਸ਼ਿਪਸ ਖੇਲ ਰਹੇ ਹੈ, ਬਿਨਾਂ ਕਿਸੇ ਕੋਚ ਦੇ, ਬਿਨਾਂ ਕਿਸੇ ਬਾਹਰੀ ਹੈਲਪ ਦੇ। ਜੇ ਸਾਨੂੰ ਇਹ ਮਿਲ ਗਈ ਤਾਂ ਵਾਅਦਾ ਕਰਦੇ ਹਾਂ ਕਿ ਅਸੀਂ ਬੱਚਿਆਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ। ਉਹਨਾਂ ਪੇਰੈਂਟਸ ਨੂੰ ਕੀ ਤੁਸੀਂ ਅਪੀਲ ਕਰਦੇ ਹੋ ਕਿ ਇਹ ਜਿਹੜੇ ਧੀਆਂ ਨੂੰ ਅਗਾਂਹ ਨਹੀਂ ਵਧਾਉਂਦੇ ਹੈਗੇ, ਉਹਨਾਂ ਦੀ ਸਪੋਰਟ ਨਹੀਂ ਕਰਦੇ ਹੈਗੇ, ਜਿਹੜੇ ਇਹ ਸੋਚਦੇ ਹੈ ਕਿ ਧੀਆਂ ਨਾਲੋਂ ਪੁੱਤਰਾਂ ਨੂੰ ਜ਼ਿਆਦਾ ਅਸੀਂ ਸਪੋਰਟ ਕਰੀਏ ਕਿਉਂਕਿ ਉਹ ਹਮੇਸ਼ਾ ਸਾਡੇ ਕੋਲ ਰਹਿੰਦੇ ਆ, ਪਰ ਉਹ ਟਾਈਮ ਗਿਆ ਜਦੋਂ ਇਹ ਕਿਹਾ ਜਾਂਦਾ ਸੀ ਕਿ ਪੁੱਤਰ ਸਾਡੇ ਕੋਲ ਹੈ ਅਤੇ ਧੀ ਪਾਸੇ ਹੈ, ਧੀ ਕਿਤੇ ਵੀ ਰਹੇ ਉਹ ਪਹਿਲਾਂ ਮਾਂ ਪਿਓ ਦੀ ਸੁੱਖ ਮੰਗਦੀ ਹੈ। ਇਸ ਕਰਕੇ ਮੈਂ ਅਪੀਲ ਕਰਨਾ ਚਾਹੁੰਦਾ ਉਹਨਾਂ ਪੇਰੈਂਟਸ ਨੂੰ ਕਿ ਤੁਸੀਂ ਇੱਕ ਵਾਰੀ ਆਪਣੀ ਧੀ ਨੂੰ ਗੇਮ ਦੇ ਵਿੱਚ, ਪੜ੍ਹਾਈ ਦੇ ਵਿੱਚ ਕਿਸੇ ਪਾਸੇ ਉਹਨੂੰ ਅੱਗੇ ਲਗਾ ਕੇ ਦੇਖੋ, ਜੇ ਉਹ ਪੁੱਤਰਾਂ ਨਾਲੋਂ 10 ਕਦਮ ਅੱਗੇ ਨਾ ਤੁਰ ਕੇ ਵਿਖਾਏ ਤਾਂ ਤੁਸੀਂ ਜੋ ਮਰਜ਼ੀ ਤੁਸੀਂ ਮੈਨੂੰ ਕਹਿ ਲੈਣਾ। ਤਾਂ ਬਿਲਕੁਲ ਬੜੀ ਮਿਹਨਤ ਲੱਗਦੀ ਹੈਗੀ ਹੈ ਬੱਚਿਆਂ ਨੂੰ ਮੁਕਾਮ 'ਤੇ ਪਹੁੰਚਾਉਣ ਵਾਸਤੇ ਪੇਰੈਂਟਸ ਦੀ, ਔਰ ਜੇ ਬੱਚਾ ਕਾਮਯਾਬ ਹੋ ਜਾਵੇ ਤਾਂ ਪੇਰੈਂਟਸ ਵਾਸਤੇ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਔਰ ਸਾਬਤ ਕੀਤਾ ਹੈਗਾ ਇਸ ਧੀ ਨੇ ਕਿ ਆਲਰਾਊਂਡਰ ਹੈ, ਕਈ ਖੇਡਾਂ ਖੇਡਦੀ ਹੈਗੀ ਹੈ, ਨੈਸ਼ਨਲ ਮੈਡਲਿਸਟ ਹੈ, ਕਿੱਕ ਬੋਕਸਿੰਗ ਦੇ ਵਿੱਚ ਇੰਟਰਨੈਸ਼ਨਲ ਹੈ, ਖੇਡ ਚੁੱਕੀ ਹੈਗੀ ਹੈ, ਔਰ ਫਾਦਰ ਉਸਦੇ ਪੂਰੀ ਸਪੋਰਟ ਕਰਦੇ ਹੈਗੇ ਹੈ, ਪਰਿਵਾਰ ਸਪੋਰਟ ਕਰਦਾ ਹੈਗਾ, ਤਾਂ ਅੱਜ ਬੱਚੀ ਨੇ ਇਹ ਮੁਕਾਮ ਹਾਸਲ ਕੀਤਾ ਹੈਗਾ। ਅਸੀਂ ਵੀ ਚਾਹੁੰਦੇ ਹੈਗੇ ਹਾਂ ਕਿ ਹੋਰ ਬੱਚੇ ਅੱਗੇ ਆਉਣੇ ਚਾਹੀਦੇ ਹੈਗੇ ਹੈ, ਸੁਪਨੇ ਪੂਰੇ ਕਰਨੇ ਚਾਹੀਦੇ ਹੈਗੇ ਹੈ ਮਾਂ ਪਿਓ ਦੇ,
ਤਾਂ ਜਿੱਥੇ ਸਾਡੇ ਜ਼ਿਲ੍ਹੇ ਨੂੰ ਇਸ ਦੇ ਉੱਤੇ ਮਾਣ ਹੈ, ਸਾਡੇ ਦੇਸ਼ ਨੂੰ ਇਸ ਦੇ ਉੱਪਰ ਬੱਚੀ ਦੇ ਮਾਣ ਹੈ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ।